ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ 12 ਸਾਲ ਆਪਣੀ ਯਾਤਰਾ ਤੋਂ ਸਮਾਪਤ ਕਰਕੇ ਮਰਦਾਨਾ ਵਾਲਾ ਕਹਿਣ ਲੱਗਿਆ, ਮਹਾਰਾਜ ਮੇਰਾ ਜੀ ਕਰਦਾ ਬੱਚਿਆਂ ਨੂੰ ਮਿਲਿਆ ਮਾਂ ਕਰ ਜਾਵਿਆਂ। ਮਹਾਰਾਜ ਕਹਿੰਦੇ, ਚੰਗਾ ਮਰਦਾਨਿਆ, ਵੀ ਸਾਡਾ ਨਾ ਦੱਸੀ ਵੀ ਮੈਂ ਆਇਆ, ਇਹ ਨਾ ਦੱਸੀ ਕਿਸੇ ਨੂੰ, ਵੀ ਨਾ ਦੱਸੀ ਪਿੰਡ ਵਾਲਿਆਂ ਨੂੰ, ਕਿਉਂਕਿ ਆਪਾਂ ਨੇ ਜਾਣਾ ਜਲਦੀ। ਕਹਿੰਦਾ ਸਤਿ ਵਚਨ ਮਹਾਰਾਜ। ਮਰਦਾਨਾ ਚੱਲ ਪਿਆ ਚੰਦਰਪਾਨ ਜਿਹੜਾ ਉਹਦੇ ਖੱਤਰੀ ਦੇ ਖੂਹ ਦੇ ਉੱਤੇ, ਅਤੇ ਮਹਾਰਾਜ ਸਾਹਿਬ ਜੀ ਭਾਈ ਬਾਲੇ ਦਾ ਜਿਹੜਾ ਪਿਤਾ ਸੀ, ਅਤੇ ਉਸਦੇ ਖੂਹ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠ ਗਏ। ਅਤੇ ਮਰਦਾਨਾ, ਉਹ ਚੰਦਰਪਾਨ ਸੀ ਉਹਦਾ ਨਾਮ, ਚੰਦਰਪਾਨ ਦੇ ਖੂਹ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠੇ ਹੈ। ਅਤੇ ਮਰਦਾਨਾ ਜਦੋਂ ਬੂਹੇ ਦੇ ਮੂਹਰੇ ਦੀ ਲੰਘਣ ਲੱਗਿਆ ਨਾ, ਮਾਤਾ ਤ੍ਰਿਪਤਾ ਨੇ ਦੇਖ ਲਿਆ, ਪੁੱਤਰ ਦੀ ਮਮਤਾ ਤੂਫਾਨ ਬਣ ਕੇ ਉੱਠ ਗੜੀ, ਖੜੀ ਹੋ ਕੇ ਕਹਿੰਦੀ, ਬੇ ਮਰਦਾਨਿਆ ਰੁੱਖ। ਹਾਂ ਮਾਤਾ ਜੀ ਨਮਸਕਾਰ। ਅੱਖਾਂ ਭਰ ਕੇ ਮਾਤਾ ਕਹਿੰਦੀ, ਮੇਰਾ ਪੁੱਤਰ ਕਿੱਥੇ ਹੈ? ਬੋਲਿਆ, ਕਿਉਂਕਿ ਗੁਰੂ ਦਾ ਹੁਕਮ ਸੀ ਦੱਸਣਾ ਨਹੀਂ। ਮਾਤਾ ਸਮਝ ਗਈ ਵੀ ਹੈਗਾ ਨਾਲੇ, ਉਹਦਾ ਸੁਭਾਅ ਹੀ ਬਾਹਰ ਬੈਠ ਗਿਆ ਹੋਊਗਾ। ਅਤੇ ਮਰਦਾਨਾ ਕਰ ਗਿਆ, ਘਰਦਿਆਂ ਨੂੰ ਮਿਲਿਆ। ਇੰਨੇ ਚਿਰ ਦੇ ਵਿੱਚ ਮਾਤਾ ਨੇ ਰਸੋਈ ਦੇ ਵਿੱਚ ਨਾਨਾ ਪ੍ਰਕਾਰ ਦੇ ਪਦਾਰਥ ਤਿਆਰ ਕਰ ਲਏ। ਮਹਿਤਾ ਜੀ ਨੂੰ ਬੁਲਾ ਲਿਆ, ਜੀ ਆ ਜਾਓ, ਬਈ ਦੱਸਿਆ ਤਾਂ ਨਹੀਂ ਹੈ ਕਿੱਥੇ ਕੰਮ, ਮੈਨੂੰ ਲੱਗਦਾ ਵੀ ਜਹਾਂ ਜੰਗਲ 'ਚ ਬੈਠਦਾ ਹੁੰਦਾ ਪੁੱਤਰ, ਆਪਾਂ ਉੱਥੇ ਚੱਲਦੇ ਹਾਂ, ਘਰ ਨਹੀਂ ਆਇਆ ਤਾਂ ਉੱਥੇ ਚੱਲਦੇ ਹਾਂ। ਮਮਤਾ ਦੀ ਮਾਰੀ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ, ਪਿਤਾ ਨੇ ਘੋੜੀ ਤਿਆਰ ਕਰ ਲਈ। ਕਹਿੰਦਾ, ਜੇ ਦੂਰ ਹੋਊਗਾ ਤ੍ਰਿਪਤਾ, ਘੋੜੀ 'ਤੇ ਚੱਲਦੇ ਹਾਂ। ਲਾਲੂ ਨੂੰ ਬੁਲਾ ਲਿਆ, ਲਾਲ ਚੰਦ ਜੀ ਨੂੰ, ਇਹ ਮਹਾਰਾਜ ਦਾ ਚਾਚਾ ਸੀ। ਨਿਗਾਹ ਰੱਖੀ, ਕਹਿੰਦੇ ਵੀ ਜਦੋਂ ਹੁਣ ਮਰਦਾਨਾ ਤੁਰੂਗਾ ਨਾ, ਇਹਦੀ ਪੈਡ ਦੱਬ ਦੇਣੀ ਹੈ, ਜਾਊ ਤਾਂ ਉੱਥੇ। ਤੁਰਨ ਵੇਲੇ ਫਿਰ ਪੁੱਛਿਆ ਮਰਦਾਨਾ, ਬਚਨ ਦਾ ਪੱਕਾ ਨਿਕਲਿਆ, ਦੱਸਿਆ ਨਹੀਂ। ਅਤੇ ਮਰਦਾਨੇ ਦੇ ਨਾਲ ਨਾਲ ਮਮਤਾ ਦੀ ਮਾਰੀ ਮਾਤਾ, ਪਿਤਾ, ਅਤੇ ਕਲਿਆਣ ਚੰਦ, ਅਤੇ ਲਾਲ ਚੰਦ ਜੀ, ਅਤੇ ਜਿਹਨਾਂ ਹੋਰ ਪਤਾ ਲੱਗਿਆ ਉਹ ਵੀ ਆ ਗਏ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਕੋਲ ਆਏ, ਮਹਾਰਾਜ ਨੇ ਦੇਖਿਆ ਮੇਰੀ ਮਾਂ ਆਈ ਹੈ। ਮਰਿਆਦਾ ਪੁਰਸ਼ੋਤਮ ਉੱਠ ਕੇ ਖੜ੍ਹੇ ਹੋ ਗਏ, ਹੱਥ ਜੋੜ ਰਹੇ। ਮਾਂ ਕਿਉਂ ਖੇਚਲ ਕੀਤੀ ਹੈ? ਤੇਰੇ ਪੁੱਤਰ ਨੂੰ ਤਾਂ ਭੁੱਖ ਨਹੀਂ ਲੱਗਦੀ, ਪੈਰਾਂ 'ਤੇ ਮੱਥਾ ਟੇਕਿਆ, ਅਸੀਸ ਦਿੱਤੀ, ਘੁੱਟ ਕੇ ਜੱਫੀ ਨਾਲ ਪਾਇਆ, ਮਨ ਸ਼ਾਂਤ ਕੀਤਾ, ਪਿਤਾ ਨੇ ਅਸੀਸ ਦੀ, ਪਿਤਾ ਦੇ ਚਰਨਾਂ 'ਤੇ ਮੱਥਾ ਟੇਕਿਆ, ਚਾਚੇ ਦੇ ਚਰਨਾਂ 'ਤੇ ਮੱਥਾ ਟੇਕਿਆ, ਬਹਿ ਗਏ। ਮਾਤਾ ਜੀ ਬੋਲੇ, ਪੁੱਤਰ ਤੇਰੇ ਵਾਸਤੇ ਬਹੁਤ ਸੁੰਦਰ ਪਦਾਰਥ ਮੈਂ ਬਣਾ ਕੇ ਲਿਆਈ ਹਾਂ, ਚੱਲ ਕਦੇ ਤਾਂ ਮਾਂ ਦੇ ਸਾਹਮਣੇ ਬਹਿ ਕੇ ਖਾ ਲੈ, ਮੇਰਾ ਕਾਲਜਾ ਠੰਡਾ ਹੋਜੂ। ਉਸ ਵੇਲੇ ਮਾਤਾ ਪਿਤਾ ਨੂੰ ਬ੍ਰਹਮ ਗਿਆਨ ਦੇਣ ਵਾਸਤੇ ਇਉਂ ਅੰਤਰੀ ਭਾਵ ਦੇ ਉਸ ਉਚਾਰਨ ਕਰਦੇ ਨੇ ਜੀ, ਸੁਣੋ।